The store's running out of things. America has looked to truckers to keep us supplied and keep commerce going. Nirwan Productions. ਵਾਦਾ ਸਾਡਾ ਵੀ ਤੁਹਾਡੇ ਨਾਲ ਆ ਵੀ ਜੇ ਗਵਰਨਮੈਂਟ ਦੇ ਟਰੱਕ ਬੰਦ ਕਰਤੇ ਤਾਂ ਠੀਕ ਆ ਨਹੀਂ ਫੂਡ ਦੇ ਟਰੱਕ ਬਈ ਲੈ ਕੇ ਆਵਾਂਗੇ ਇਹ ਤੁਹਾਡੇ ਨਾਲ ਵਾਦਾ ਨਿਮਰਤ ਨਾਲ ਉਹ ਫੜ ਕੇ ਹਾਲਾਤਾਂ ਨਾਲ ਹੰਡਿਆ ਜ਼ਰੀਰ ਵੀ ਪਵੇਲੇ ਘਰੇ ਬੈਠਿਆਂ ਦੇ ਨਾਮ ਨਹੀਂ ਹੁੰਦੇ ਉਹ ਸੜਕਾਂ ਤੇ ਜਿਹੜਾ ਜ਼ਿੰਦਗੀ ਹਾਂ ਪੜੀਆਂ ਨਹੀਂ ਬੰਦੇ ਉਹ ਆਮ ਨਹੀਂ ਹੁੰਦੇ ਬਈ ਕਹਿੰਦੇ ਤਾਂ ਘਰ ਦੇ ਵੀ ਆ ਰਿਸ਼ਤੇਦਾਰ ਵੀ ਆ ਕਿ ਘਰੇ ਬਹਿ ਜਾਓ ਪਰ ਕੋਈ ਨਹੀਂ ਦਸਵੇਂ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਨਰਸਾਂ ਤੇ ਡਾਕਟਰਾਂ ਵਾਂਗੂ ਆਪਾਂ ਵੀ ਡਟੇ ਹੋਏ ਆ ਬੰਦੇ ਉਹ ਆਮ ਨਹੀਂ ਹੁੰਦੇ ਅੱਜ ਤੋਂ ਪਹਿਲਾਂ ਵੀ ਦੇਖੇ ਹੋਏ ਮੰਦੇ ਹਾਲ ਮੇਰੇ ਬਾਪੂ ਨੇ ਸਿਖਾਇਆ ਪੁੱਤ ਖੜੀ ਤਾਇਆ ਨਾਲ ਹਿੱਲ ਜਾਂਦੀ ਦੁਨੀਆ ਜੇ ਆ ਜਵੇ ਪਚਾਲ ਮਰਦਾਂ ਨੂੰ ਰੋਕ ਲਵੇ ਇੰਨੇ ਜੋਗਾ ਨਹੀਂ ਜਵਾਕਾਂ ਨੂੰ ਪਰ ਧੰਨ ਜਿਹੜਾ ਉਹਨਾਂ ਦਾ ਜਿਹੜੇ ਬੈਂਕ ਚ ਲੀੜੇ ਪਾ ਕੇ ਘਰੋਂ ਤੁਰ ਪਿਆ ਰਾਤਾਂ ਨੂੰ ਪਹਿਲੀ ਵਾਰ ਜਾਣਾ ਸੀਗਾ ਮੈਂ ਅਮੈਰੀਕਾ ਅਤੇ ਬਹੁਤ ਜ਼ਿਆਦਾ ਨਰਵਸ ਸੀਗਾ ਬਾਅਦ 'ਚ ਹੌਲੀ ਹੌਲੀ ਪਤਾ ਲੱਗਿਆ ਐਕਸਪੀਰੀਅੰਸ ਹੋਇਆ ਹੁਣ ਸਾਲ ਹੋ ਗਿਆ ਹੁਣ ਪੂਰੇ ਕੌਨਫੀਡੈਂਸ ਨਾਲ ਲੰਘ ਜਾਈਦਾ ਅਬ ਨਾ ਧੀਰੇ ਧੀਰੇ ਕੌਨਫੀਡੈਂਸ ਆ ਗਿਆ ਕੋਈ ਪੰਜਾਬੀ ਮਿਲਦੇ ਹੈ ਵੈਸਾ ਲੱਗਦਾ ਹੈ ਕਿ ਕੰਮ ਜਲਦੀ ਹੋ ਜਾਏਗਾ ਇਨ ਕੈਲੀਫੋਰਨੀਆ ਨੀਅਰਲੀ ਹਾਫ ਆਫ ਟਰੱਕ ਡਰਾਈਵਰਸ ਆਰ ਇਮੀਗ੍ਰੈਂਟਸ ਮੈਨੀ ਆਫ ਦੈਮ ਸੀਕਸ ਫਰਮ ਇੰਡੀਆ For days and sometimes weeks on end, truck drivers leave their homes and deliver supplies that American families need and count on during this national crisis and at all other times. They're always there. The threat of catching a virus and still transporting goods across the country just, I don't know, fills my heart. And I just wanted to thank all the drivers. Thank you for keeping our nation moving. Thank you. ਗੇੜੇ ਬੈਕ ਟੂ ਬੈਕ ਕੌਲਾ ਮਾਰਦੇ ਨੀ ਸਿੱਖ ਝੱਟ ਹੋਇਆ ਪਿਆ ਕਿਹੜਾ ਸਾਰੇ ਦਾ ਪੇਜ ਸਿੱਖ ਜਿਹੜਾ ਲਗਾ ਵਿੱਚ ਖਾਉਂਦਾ ਏ ਉਸ ਖੂਨ ਵਿੱਚ ਉਹ ਅਣਖਾਂ ਨੇ ਨਾਲ ਜਿਸਮਾਂ ਦਾ ਭੁੱਖਾ ਨੀ ਹੁਣ ਜੇਕਰ ਉਹਨਾਂ ਵਿਅਕਤੀਆਂ ਦੀ ਅਸੀਂ ਪਿੱਠ ਨਹੀਂ ਉਹ ਥਾਪੜਨੀ ਜਿਹੜੇ ਸਾਨੂੰ ਘਰਾਂ ਵਿੱਚ ਬੈਠਿਆਂ ਨੂੰ ਅਨਾਜ ਲਿਆ ਕੇ ਦੇ ਰਹੇ ਨੇ ਫਲ ਫਰੂਟ ਸਬਜ਼ੀਆਂ ਲਿਆ ਕੇ ਦੇ ਰਹੇ ਨੇ ਆਟਾ ਤੇ ਦਾਲਾਂ ਲਿਆ ਕੇ ਦੇ ਰਹੇ ਨੇ ਉਹ ਟਰੱਕ ਡਰਾਈਵਰਾਂ ਨੂੰ ਜੇਕਰ ਅੱਜ ਤੋਂ ਬਾਅਦ ਵੀ ਅਸੀਂ ਘਨੌਣੀ ਨਜ਼ਰ ਨਾਲ ਦੇਖਣਾ ਹੈ ਜੇਕਰ ਇਸ ਕਿੱਤੇ ਨੂੰ ਨਫ਼ਰਤ ਕਰਨੀ ਹੈ ਤਾਂ ਲਾਹਨਤ ਹੈ ਸਾਡੇ ਇਨਸਾਨ ਕੌਣ